ਲਓ ਜੀ ਮਿੱਤਰੋ, ਵੈਲਕਮ ਆ ਜੀ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਯਾਰ ਆਪਾਂ ਸਲੰਸਰ ਦਾ ਕੰਮ ਕਰਾਉਣਾ ਸੀ, ਹੈ ਨਾ। ਅਤੇ ਬਾਕੀ ਮਿਸਤਰੀ ਕਹਿੰਦਾ ਹੈ ਨਾ ਵੀ ਟਾਈਮ ਨਹੀਂ ਹੈਗਾ, ਠੀਕ ਹੈ, ਕਹਿੰਦਾ ਮੈਂ ਜਾ ਕੇ ਆਉਣਾ, ਠੀਕ ਆ। ਅਤੇ ਬਾਕੀ ਕੋਈ ਨਾ, ਸਲੰਸਰ ਦਾ ਕੰਮ ਫਿਰ ਵੀ ਆਪਾਂ ਜਾਰੀ ਰੱਖਾਂਗੇ, ਤੁਹਾਨੂੰ ਦੱਸਦਾਂ ਕਿਵੇਂ। ਪਹਿਲਾਂ ਤਾਂ ਆਪਾਂ ਗੱਡੀ ਲੈ ਕੇ ਮੋਟਰਸਾਈਕਲ ਦੇਖ ਕੇ ਆਈਏ। ਕੱਲ੍ਹ ਵਾਲੇ ਵਲੌਗ 'ਚ ਆਪਾਂ ਮੋਟਰਸਾਈਕਲ ਸਿਰਫ ਇੱਕ ਝਲਕ ਹੀ ਦਿਖਾਈ ਸੀਗੀ ਵੀ ਬਾਈ ਕੰਮ ਚੱਲ ਰਿਹਾ ਹੈਗਾ। ਅੱਜ ਤੁਹਾਨੂੰ ਆਪਾਂ ਹੈ ਨਾ ਮੋਟਰਸਾਈਕਲ ਦਿਖਾਉਂਦੇ ਹਾਂ ਵੀ ਕਿੰਨਾ ਕੁ ਉਹਦੀ ਵਾਇਰਿੰਗ ਵੂਰਿੰਗ ਕਿੰਨਾ ਕੁ ਹੋ ਗਿਆ। ਮੇਰੇ ਹਿਸਾਬ ਨਾਲ ਤਾਂ ਕਰਤਾ ਹੋਊਗਾ ਉਹਨਾਂ ਨੇ ਕੰਪਲੀਟ। ਚਲੋ ਬਾਕੀ ਆਪਾਂ ਦੇਖਦੇ ਹਾਂ ਨਾ ਜਾ ਕੇ। ਗੱਡੀ ਆਪਾਂ ਚੱਕ ਲਈ ਹੋਈ ਆ, ਚਲੋ ਫਿਰ ਕਰਾਂ ਚੱਲੀਏ। ਤੁਸੀਂ ਵੀ ਦੇਖਦੇ ਹੋ i20 ਲਈ ਫਿਰੀ ਜਾਂਦਾ, ਕੋਈ ਨਾ ਸਬਰ ਕਰੋ, ਕਦੇ ਟਾਈਮ ਆਊਗਾ ਆਪਾਂ ਵੀ ਕਦੇ ਵੱਡੀ ਗੱਡੀ ਲਿਆਵਾਂਗੇ, ਹੈ ਨਾ। ਬਸ ਇੱਦਾਂ ਹੀ ਜੇ ਤੁਸੀਂ ਸਪੋਰਟ ਕਰਦੇ ਰਹੇ ਤਾਂ ਆ ਸਕਦੇ ਆ ਜਲਦੀ, ਹੈ ਨਾ। ਬਾਕੀ ਆਪਾਂ ਨੂੰ ਐਂ ਕੋਈ ਚਸਕਾ ਨਹੀਂ ਹੈਗਾ ਗੱਡੀਆਂ ਦਾ ਵੀ ਵੱਡੀ ਗੱਡੀ ਹੋਵੇ, ਆਪਾਂ ਨੂੰ ਜਿੰਨਾ ਕੁ ਹੈਗਾ ਵਾਧੂ ਆ। ਆਪਣੇ ਲਈ i20 ਆ ਉਹੀ ਬਹੁਤ ਆ, ਹੈ ਨਾ। ਦੇਖਾ ਲੈ ਇਹ ਕਿਹੜਾ ਦਬਦੀ ਆ, ਲੈ ਝੋਟੀ ਛੂਹ ਤੇ ਜਾਂਦੀ ਆ ਦੇਖੋ। ਅਤੇ ਚਲੋ ਕਿਹੜਾ ਚੱਲੀਏ। ਲਾ ਲਈਏ ਗਾਣੇ ਫਾਣੇ, ਫਿਰ ਮਿਲਦੇ ਆ ਤੁਹਾਨੂੰ। ਲਓ ਜੀ ਮਿੱਤਰੋ, ਅਤੇ ਆਪਾਂ ਪਹੁੰਚ ਗਏ ਸੀਗੇ ਮੋਟਰਸਾਈਕਲ ਲਵੇ, ਅਤੇ ਬਾਈ ਹੁਣਾਂ ਨੇ ਵਾਇਰਿੰਗ ਵੂਰਿੰਗ ਤਾਂ ਕਰਤੀ ਹੈ। ਲਾਇਓ ਮਾੜੀ ਜਿਹੀ ਤਾਰ, ਲਾਇਓ ਸੁੱਚ ਦੱਬਣ ਵਾਲੀ। ਆਹ ਇੰਡੀਕੇਟਰ 'ਚ ਲਾਇਓ ਵੀਰੇ, ਚਾਰੇ ਇੰਡੀਕੇਟਰ ਅਰਥ ਲੈ ਗਏ, ਅਰਥ ਲਾਇਓ। ਹਾਂ ਆਹ ਦੇਖ, ਆਹ ਚਾਰੇ ਇੰਡੀਕੇਟਰ ਇਕੱਠੇ ਚੱਲਦੇ ਨੇ, ਮੀਟਰਾਂ 'ਚ ਵੀ ਲਾਈਟਾਂ ਚੱਲਦੀਆਂ ਹੋ ਗਈਆਂ। ਅਜੇ ਤੁਹਾਨੂੰ ਦਿਖਾਉਂਦਾ ਮੈਂ, ਉਹ ਵਾਲੇ 'ਚ ਨਹੀਂ ਚੱਲਦੀ, ਉਹਦੇ 'ਚ ਹਜੇ ਕਰ ਚੱਲਦੀ ਕਰਨੀ ਹੈਗੀ ਲਾਈਟ। ਬਾਕੀ ਉਹ ਸੁੱਚ ਲਾਤੀ ਜੀ ਮੇਨ, ਇੱਧਰ ਜਿਹੜੀ ਲਾਉਣੀ ਸੀਗੀ। ਓਕੇ, ਨਹੀਂ ਉਹ ਤਾਂ ਲਾਤੀ ਜੀ, ਇੱਕ ਹੋਰ ਸ਼ਾਹ ਵਾਲੀ ਉਹ ਵੀ ਲਾਤੀ। ਸਪਲਾਈ ਸਾਰੀ ਬੰਦ ਹੋ ਜਾਂਦੀ ਆ ਗੇਅਰ 'ਚ ਤਾਂ ਨਾ। ਲਾ ਲਾ ਗੇਅਰ 'ਚ, ਲਾ ਸਟਾਰਟ ਕਰ, ਸੁੱਚ ਛੋਟੀ ਸੁੱਚ ਆਉਣ ਕੇ ਨਹੀਂ, ਇਹ ਤਾਂ ਚਲਾ ਕੇ ਸਟਾਰਟ ਹੋਊਗਾ। ਤੇਲ ਪਾਉਣਾ ਦੇਖੀ, ਉਹ ਕਰ ਸਟਾਰਟ ਵਾਲੀ ਸਿੱਧੇ ਸਟੈਂਡ ਤੇ, ਤੇਲ ਪੱਕ ਜਾਣ ਦੇ ਖੋਲਾ ਸੀ। ਹਾਂ ਸੋਚ ਜੀ ਕਰਤੀ, ਚੱਲੂ ਫਿਰ ਆਪਾਂ ਉਹ ਕਰ ਲਾਂਗੇ, ਇਹਨੂੰ ਐ ਦੱਬ ਕੇ ਚਲਦੀ ਆ ਹੁਣ। ਓਕੇ, ਇਹਦੇ ਚ ਕੁਝ ਲਾ ਦਿੰਦੇ, ਆਹ ਵਾਲੀ ਸੁੱਚ ਚਾਹ ਵਾਲੀ ਲਾ ਦਿੰਦੇ ਆ, ਇਹਦੇ ਤੇ ਲਾਈਟ ਲਿਆ ਚੱਕ ਇਹਦੀ, ਕੋਈ ਹੋਰ ਕਰ ਲਓ ਹਾਲੇ। ਲਾਈਟ ਕਿੱਥੇ ਰੱਖਦੀ ਇਹਦੀ? ਲਓ ਜੀ ਲਾਈਟ ਫਿੱਟ ਕਰਕੇ ਦੇਖਦੇ ਆ ਵੀ ਕਿਵੇਂ ਚੱਲਦੀ ਆ, ਹੈ ਨਾ। ਗੱਲ ਬਾਤ ਹੋ ਗਈ, ਸਾਰਾ ਕੁਝ ਚਲਾ ਕੇ ਛੱਡਿਆ ਪਿਆ ਇਧਰੋਂ। ਆ ਇੰਡੀਕੇਟਰ ਨੇ, ਹੈ ਨਾ, ਬਹੁਤ ਸਿੰਗਲ ਚਾਰੀ ਜਾਂਦੇ ਤਾਂ ਇਹ ਮਤਰੋ ਬਸ ਚੱਲੀ ਜਾਂਦਾ। ਹੁਣ ਇਹਦੇ 'ਚ ਇੱਕ ਬੱਲਬ ਜਾਣੀ ਕਿ ਇਹਦਾ ਹੋਲਡਰ ਨਹੀਂ ਸੀਗਾ, ਅਤੇ ਹੁਣ ਉਹ ਫਿੱਟ ਕਰਨ ਲੱਗੇ। ਮਿਸਤਰੀ ਇਹ 'ਚ ਕੀ, ਇਹਦੇ ਵਿੱਚ ਹੀ ਆ ਨਾ ਲਾਈਟ, ਇਹਦੇ ਵਿੱਚ ਹੀ ਅੰਦਰ ਨੇ, ਇਹਦੇ 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 ਹੈ ਨਹੀਂ ਵਿੱਚ, ਇਹਦੇ 'ਚ ਹੋਲਡਰ ਪਿਆ ਹੋਇਆ ਜੀ ਅੰਦਰ ਦੀ। ਅੱਛਾ, ਹੋਲਡਰ ਸੀਗਾ ਅੰਦਰ ਦੀ, ਸੀ ਖਰਾਬ ਹੋ ਗਿਆ। ਚਲੋ ਮਿੱਤਰ, ਮੈਂ ਆ ਗਿਆ ਸੀ ਘਰੇ, ਥੋੜ੍ਹਾ ਜਿਹਾ ਗੋਡਾ ਜ਼ਿਆਦਾ ਦਰਦ ਕਰਨ ਲੱਗ ਗਿਆ ਸੀਗਾ। ਹੁਣ ਫਿਲਹਾਲ ਗਰਮ ਪੱਟੀ ਬੰਨੀ ਹੋਈ ਆ ਅਤੇ ਮੂਵ ਵਗੈਰਾ ਲਾ ਕੇ ਜਦੋਂ ਠੀਕ ਹੋ ਗਿਆ ਫਿਰ ਖੋਲ੍ਹ ਦਾਂਗੇ ਪੱਟੀ। ਬਾਕੀ ਪਰਮਿੰਦਰ ਭਲਾਉਂਦਾ ਆਪਾਂ ਨੂੰ ਲੈਣ, ਫਿਰ ਉਹਦੇ ਨਾਲ ਆਪਾਂ ਇੱਕ ਤਾਂ ਬਾਈਕ ਲਵੇ ਜਾ ਕੇ ਆਉਂਦੇ ਹਾਂ, ਅਤੇ ਇੱਕ ਦੋ ਕੰਮ ਹੋਰ ਆ ਉਹ ਵੀ ਕਰਨੇ ਅੱਜ ਆਪਾਂ, ਅਤੇ ਉਹ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਅੱਗੇ। ਲੱਤ ਤਾਂ ਕਾਹਨੂੰ, ਗੋਡੇ ਹੀ ਦੁਖਦਾ ਗਾ। ਫਿਲਹਾਲ ਤਾਂ ਪੱਟੀ ਬੰਨੀ ਹੋਈ ਆ, ਸੈੱਟ ਕਰਦੇ ਹਾਂ ਇਹਨੂੰ, ਹੈ ਨਾ। ਲਓ ਜੀ ਪਰਮਿੰਦਰ ਉੱਪਲਾਂ ਪਹੁੰਚ ਗਏ ਆਪਾਂ ਸਦੌੜ, ਦੇਖਦੇ ਹਾਂ ਬਾਈ। ਕਹਿੰਦਾ ਸੀਗਾ ਹੈਂਡਲ ਦੁਬਾਰੇ ਉਹੀ ਘੱਸਤਾ, ਪਤਾ ਨਹੀਂ ਕੋਈ ਪ੍ਰੋਬਲਮ ਆਉਂਦੀ ਸੀਗੀ, ਅਤੇ ਉਹ ਦੇਖਦੇ ਹਾਂ ਬਾਈ, ਕਰਦੇ ਹਾਂ ਗੱਲਬਾਤ। ਲਓ ਜੀ ਮਿੱਤਰੋ, ਲਗਭਗ ਰੈਡੀ ਆ ਹੈ ਨਾ ਬਾਈ ਜੀ? ਰੈਡੀ ਰੈਡੀ ਜੀ, ਮਿਲ ਜਾ ਰੈਡੀ ਆ। ਅਤੇ ਉਹ ਦੇਖੋ ਵਿੰਦ ਮਾਰੋ ਵਿਚਾਰਾ, ਸੁਸਤਾ ਜਿਹਾ ਕਿਉਂ ਇੰਨਾ ਬਾਈ? ਰਾਸ਼ਨ ਵੱਧ ਖਾ ਲਈ, ਰਾਸ਼ਨ ਵੱਧ ਖਾ ਲਈ। ਤੇਰੀ ਪਾਰਟੀ ਪਾਸ ਹੋ ਗਿਆ ਮੁੰਡਾ, ਕਿੰਨੇ ਪਰਸੈਂਟ ਆਏ? 70? ਹਾਂ 70% ਆ ਗਏ ਬਈ ਆਪਣੇ। ਓਏ ਉਹ ਤਾਂ ਵਿੱਚ ਪਿਆ ਗਾ ਬਾਈ, ਇਹਦਾ ਸਮਾਨ ਜਾ ਉਹਦੇ ਪਿਆ ਇੱਧਰ, ਨਹੀਂ ਇਹਦੇ 'ਚ ਤਾਂ ਹੋ ਗਿਆ। ਅਤੇ ਬਾਕੀ ਦੇਖੋ ਤੁਸੀਂ, ਹੈ ਨਾ। ਓਕੇ, ਰਿਪੋਰਟ ਆ ਮਗਰਾਟ ਨੂੰ ਥੋੜ੍ਹੀ ਗਲਾਈ ਦੇਣੀ ਆ, ਅਤੇ ਆਹ ਮਗਰਲੇ ਮਗਰਾਟ ਨੂੰ ਵੀ ਥੋੜ੍ਹਾ ਛੋਟਾ ਕਰਨਾ, ਇਹ ਆਪਾਂ ਕਰਾਂਗੇ ਕੱਲ੍ਹ ਨੂੰ ਕਰਾਂਗੇ ਜਾਂ ਅੱਜ ਕਰਾਂਗੇ। ਲਾਈਟਾਂ ਚਲਾਈ ਬਾਈ, ਲਾਈਟਾਂ ਜਗਦੀਆਂ ਤਾਰੇ ਜਾਣੇ ਸਿਰਾ ਹੀ ਕਰਾ ਦੇ। ਚਾਰੇ ਇੰਡੀਕੇਟਰ ਚਲਾਈ ਪ੍ਰਧਾਨ, ਬੈਟਰੀ ਦਾ ਉਹ ਕਰਤਾ, ਇਹ ਤਾਂ ਸਟਾਰਟ ਹੁੰਦਾ ਉਧਰੋਂ ਲੱਗਣਗੇ ਚਾਰੇ ਇੰਡੀਕੇਟਰ। ਬੰਦ ਕੀਤਾ ਹੋਇਆ? 2 ਮਿੰਟ ਹੋਲਡ ਰੱਖੋ। ਹਾਂ ਹੋਲਡ ਰੱਖੋ, ਇੱਧਰੋਂ ਤਾਰਾਂ ਲਾਹੀਆਂ ਹੋਈਆਂ ਨੇ ਜੀ। ਲਓ ਜੀ ਮਿੱਤਰੋ, ਆਪਣੇ ਤਾਂ ਤਿਆਰ ਹੋਈ ਜਾਂਦਾ, ਅਤੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦੇ ਹਾਂਗੇ। ਬਾਈ ਕੱਢ ਕੇ ਲਿਆਉਂਦਾ ਅੰਦਰ ਖੜਾ ਗਾ ਜਾਮਾ, ਕਾਲੇ ਰੰਗ 'ਚ ਤਿਆਰ ਕੀਤਾ ਹੋਇਆ।
ਲੈ ਵੀਰੇ ਕੱਢ ਕੇ ਕਾਲੇ ਰੰਗ ਦਾ ਜਮ ਦੇਖੋ ਮਿੱਤਰੋ ਕੀ ਪਤਾ ਨੇ ਥੋੜਾ ਜਿਹਾ ਇਹ ਐਂ ਹੀ ਆਉਂਦਾ ਪੇਂਟ ਇਹਦਾ ਹਾਂ ਨਹੀਂ ਇਹ ਕਰਾਇਆ ਅੱਛਾ ਕਰਾਇਆ ਸੀਗਾ ਓਕੇ ਪਹਿਲਾਂ ਤਾਂ ਸਿਲਵਰ ਸੀ ਸਾਰਾ ਪਹਿਲਾਂ ਸਿਲਵਰ ਸੀ ਰੂਟਸ ਦੇ ਹਾਰ ਲਾਏ ਹੋਏ ਓਕੇ ਲਾਈਟਾਂ ਲੂਟਾਂ ਦੇਖੋ ਟਾਇਰਾਂ 'ਚ ਵੀ ਚਲੋ ਬਾਹਰ ਕੱਢ ਕੇ ਦਿਖਾਉਂਦੇ ਤੁਹਾਨੂੰ ਲਓ ਮਿੱਤਰੋ ਕਰੋ ਚੈੱਕ ਬਾਈ ਕੱਪੜਾ ਮਾਰਦਾ ਜਾਮਾ ਦੇਖੋ ਤੁਸੀਂ ਲੈਟ ਬੜੀ ਸਿਰਾ ਹੈ ਨਾ ਪਾਰਕਿੰਗ ਚੱਲ ਵੀ ਪਾਰਕਿੰਗ ਓਕੇ ਯੈਲੋ 'ਚ ਹੀ ਆ ਆ ਵਾਈਟ 'ਚ ਓਕੇ ਆ ਲਓ ਜੀ ਬਾਕੀ ਰੂਟਸ ਦੇ ਹਾਰਨ ਚੱਲਦੇ ਆ ਨਾ ਹਾਰਨ ਦਾ ਕਿਉਂ ਵੀ ਜਦੀ ਅੱਖਾਂ ਮੀਚ ਲੈਂਦਾ ਆ ਮੁਕਰਲੀ ਲਾਈਟ ਨੂੰ ਕੀ ਹੋ ਗਿਆ ਬਾਈ ਪਾਣੀ ਪੈ ਗਿਆ ਖਰਾਬ ਹੋ ਗਈ ਲਾਤੀ ਟੱਕਤੀ ਫਿਰ ਪਾਣੀ ਪੈ ਗਿਆ ਕੁੱਤੀ ਨੇ ਟੱਕਤੀ ਫਿਰ ਪਾਣੀ ਪੈ ਗਿਆ ਫਿਰ ਲਾਤੀ ਠੀਕ ਆ ਚੱਲਦੀ ਆ ਠੀਕ ਆ ਮਗਰਲੀ ਚੱਲਦੀ ਆ ਓਕੇ ਉਹ ਦੇਖੋ ਥੋੜਾ ਜਾਲੀ ਜਾਲੀ ਕੱਢਿਆ ਜਾਲੀ ਜਾਲੀ ਪੱਕੀ ਫਿਕਸ ਕੀਤੀ ਪਲਾਸ ਪਾ ਕੇ ਬਾਹਰ ਹੀ ਕੱਢਣੀ ਦੇਖੋ ਤੁਸੀਂ ਹੁਣ ਇਹ ਨਿਕਲੂਗੀ ਜਾਲੀ ਸਲਾਂਸਰ ਵਾਲੀ ਜਾਲੀ ਨਾ ਨਾ ਖੋਲ ਕੇ ਨਟ ਪਾਇਆ ਹੋਇਆ ਸਲਾਂਸਰ ਵਿੱਚੋਂ ਕਢਾਤੀ ਜਾਲੀ ਹੈ ਓਏ ਸਲਾਂਸਰ ਵਿੱਚੋਂ ਕਢਾਤੀ ਜਾਲੀ ਮੁੜ ਮੁੜ ਦੇਖੇ ਐਕਟਿਵਾ ਵਾਲੀ ਕੱਢਦੀ ਹੈ ਜਾਲੀ ਫਿਰ ਦੇ ਕੇ ਆਉਂਦੇ ਗੇੜਾ ਬਲਜੋਤ ਆ ਵੀਰੇ ਕਿਹਦਾ ਨਾਂ ਆ ਭਤੀਜੇ ਦਾ ਓਕੇ ਭਤੀਜੇ ਦਾ ਆਹ ਕਿਹੜਾ ਰਾਕਸ਼ਸ ਪਾਇਆ ਹੋਇਆ ਪਤਾ ਨੀ ਕਿਹੜਾ ਰਾਕਸ਼ਸ ਆ ਆਹ ਬੰਦਾ ਕੌਣ ਆ ਬਾਈ ਦਾ ਅੱਕ ਗਿਆ ਮੈਂ ਤਾਂ ਬਸ ਕਰ ਦੇਖੋ ਬਾਕੀ ਤਾਂ ਘੈਂਟ ਆ ਸਟੇਰਿੰਗ ਆਪ ਬਣਾਇਆ ਹੋਇਆ ਸਟੇਰਿੰਗ ਤਾਂ ਆਪ ਬਣਾਇਆ ਹੋਇਆ ਨਾ ਜੀ ਮਤਲਬ ਆਹ ਜਗਾੜ ਲਾਇਆ ਹੋਇਆ ਵਿੱਚ ਬਾਕੀ ਬਾਈ ਖੋਲਣ ਲੱਗਿਆ ਜਾਲੀ ਇਹਦੇ ਵਿੱਚੋਂ ਕੀ ਕਹਿੰਦੇ ਹੁੰਦੇ ਆ ਉਹਨੂੰ ਜਿਹੜਾ ਆਪਾਂ ਜਾਲੀ ਕੱਢ ਦਿੰਦੇ ਬਾਂਸਰੀ 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 ਕੱਢਣੀ ਆ ਫਿਰ ਕਿਵੇਂ ਬਾਂਸ ਜ਼ਿਆਦਾ ਵੱਜੂਗਾ ਹੁਣ ਬਾਈ ਫਿਲਟਰ ਅਸੀਂ ਆਉਂਦੀ ਆ ਇਹ ਤੋਂ ਬਾਅਦ ਸਿੱਧੀ ਆਉ ਜਾਲੀ ਕੱਢ ਦੇਣੀ ਆਪਾਂ ਆਹ ਦੇਖੋ ਮਿੱਤਰੋ ਤੁਸੀਂ ਮਤਲਬ ਸਾਰਾ ਕੁਝ ਰੈਡੀ ਕਰਤਾ ਆਪਾਂ ਸੁੱਚਾ ਸਾਚਾ ਸਾਰੀਆਂ ਲਾਤੀਆਂ ਲਾਈਟਾਂ ਵਾਲੀਆਂ ਹੀ ਨੇ ਆ ਸੁੱਚਾ ਸਾਰੀਆਂ ਠੀਕ ਆ ਇਧਰਲੀ ਵੀ ਲਾਈਟ ਵਾਲੀ ਸੁੱਚਾ ਇਧਰਲੀ ਵੀ ਲਾਈਟ ਵਾਲੀ ਆਹ ਮੈਂ ਪੁੱਠੀ ਜਾਣ ਕੇ ਲਵਾਈ ਇਹ ਥੱਲੇ ਨੂੰ ਆਨ ਹੁੰਦੀ ਆ ਆਹ ਸਿੱਧੀ ਆ ਕਿਉਂਕਿ ਇਹ ਤਾਂ ਕਦੇ ਕਦੇ ਚਲਾਉਣੀ ਹੁੰਦੀ ਉੱਪਰ ਨੂੰ ਥੱਲੇ ਨੂੰ ਆਹ ਕੰਫਰਟੇਬਲ ਇੱਦਾਂ ਬਾਕੀ ਚਲੋ ਹੁਣ ਆਪਾਂ ਜਾਮੇ ਦੇ ਗੇੜਾ ਦੇ ਕੇ ਆਉਂਦੇ ਆ ਸਰਾ ਲੁੱਕ ਆਏ ਵੀਰੇ ਤੂੰ ਹੀ ਚਲਾ ਯਾਰ ਲੱਤ ਦੁਖਦੀ ਆ ਚਲਾਈ ਆਹ ਚੱਲਦੇ ਆ ਪਰਮਿੰਦਰ ਉੱਪਰ ਪੁੱਛਦਾ ਸੀਗਾ ਵੀ ਗੇਅਰ ਕਿਵੇਂ ਪੈਣਗੇ ਬਾਈ ਕਹਿੰਦਾ ਪਹਿਲਾਂ ਪਟਿਆਲੇ ਨੂੰ ਦੂਜਾ ਜਲੰਧਰ ਚਲੋ ਚਲਾਊਗਾ ਬਾਈ ਮੇਰੇ ਤੇ ਲੱਤ ਦੁਖਦੀ ਆ ਕਾਹਨੂੰ ਪੰਗਾ ਲੈਣਾ ਚੱਲ ਸਟਾਰਟ ਕਰ ਅੱਧੀ ਕਿੱਕ ਤੇ ਕਲੱਚ ਦੱਬ ਕੇ ਗੇਅਰ 'ਚ ਜਿਹੜੇ ਮਰਜ਼ੀ ਹੋਵੇ ਹਾਂ ਬਸ ਫੇਲ ਆ ਤੂੰ ਡਰਾਈਵਰੀ 'ਚ ਬਸ ਫੇਲ ਆ ਤੂੰ ਕਿੱਕ ਮਾਰ ਕਲੱਚ ਦੱਬ ਕੇ ਬਸ ਮੇਰੇ ਨਾਲ ਗਿੱਟੇ 'ਚ ਮਾਰੀ ਚਲੋ ਜੀ ਆਵਾਜ਼ ਬਾਈ ਸਰੇ ਆਵਾਜ਼ ਆਵਾਜ਼ ਤਾਂ ਹੀ ਮੁੱਲ ਆ ਜਾਮੇ 'ਚ ਲਓ ਮਿੱਤਰੋ ਕਰੋ ਚੈੱਕ ਹੈ ਨਾ ਐਂਡ ਗੱਲ ਬਾਤ ਪੂਰੀ ਬੜਾ ਸਿਰਾ ਲੱਗਦਾ ਓਏ ਇੱਕ ਟਾਈਮ ਤੇ ਹਾਰਨ ਮਾਰੀ ਬੋਲਟ ਨੂੰ ਵੀ ਕੱਟ ਦਿੰਦਾ ਹਾਂ ਬੋਲਟ ਨੂੰ ਵੀ ਕੱਟ ਦਿੰਦਾ ਹੈ ਹੁਣ ਵੀ ਕੱਟ ਦੂ ਨਾ ਨਾ ਕੱਟ ਦੂ ਹੁਣ ਵੀ ਕੱਟ ਦੂ ਬੋਲਟ ਨੂੰ ਕੱਟਣ ਵਾਲੀ ਕਿੱਡੀ ਗੱਲ ਆ ਯਾਰ ਭਾਜਦਾ ਹੀ ਬਹੁਤ ਹੁੰਦਾ ਇਹ ਤਾਂ ਜਾਮਾ ਦਾ ਬਾਹਲਾ ਭਾਜਦਾ ਹੁੰਦਾ ਬਾਕੀ ਇਹਦੀ ਆਵਾਜ਼ ਵਾਲੀ ਗੱਲਬਾਤ ਸਿਰਾ ਯਾਰ ਮਿਸਤਰੀ ਨੇ ਘੈਂਟ ਤਿਆਰ ਕੀਤਾ ਹੋਇਆ ਦੇਖੋ ਤੁਸੀਂ ਨੀਲੀਆਂ ਲਾਈਟਾਂ ਲਾਈਆਂ ਹੋਈਆਂ ਜਿਹੜੇ ਆਪਾਂ ਪਤਾਸੇ ਅੱਜ ਕੱਲ੍ਹ ਚੱਲਦੇ ਆ ਇੱਥੇ ਤਾਂ ਚਿੱਟੀ ਲਾਈ ਹੋਈ ਆ ਇਹ ਉਹ ਦੂਜੀ ਲਾਤੀ ਬਾਈ ਨੇ ਜਿਹੜੀ ਪਿੱਛੇ ਲੱਗੀ ਹੋਈ ਹੈ ਨਾ
ਕੱਲ ਮੈਂ ਦੇਖੀ ਸੀ, ਕੱਲ ਮੈਂ ਬਾਲੀ ਸਿਰੇ ਲਾਦੀ ਸੀ, ਅੱਜ ਲਾਤੀ ਹੋ ਗਈ, ਖਰਾਬ ਹੋ ਗਈ। ਆਹ ਦੇਖੋ ਮੂਹਰਲੇ ਹੈ ਨਾ। ਤੇ ਬਾਕੀ ਆਹ ਬਾਈ ਦਾ ਮੋਟਰਸਾਈਕਲ ਆ ਬਾਈ, ਮਤਲਬ ਤੇ ਬਾਈ ਜੀ ਮਤਲਬ ਕਿੱਥੋਂ ਕਦੋਂ ਕ ਲਿਆ ਸੀਗਾ ਆਪਾਂ ਮੋਟਰਸਾਈਕਲ? ਇਹ ਹੋ ਗਏ ਜੀ 4 ਸਾਲ ਹੋ ਗਏ। 4 ਸਾਲ ਹੋ ਗਏ, ਓਕੇ, ਯਾਨੀ ਕਿ ਪੂਰਾ ਸੈੱਟ ਚੱਲਦਾ? ਹਾਂ ਹਾਂ, ਚਲਾ ਕੇ ਦੇਖੋ, ਚੈੱਕ ਕਰੋ ਨਾ, ਚਲਾ ਕੇ ਤਾਂ ਮੈਂ ਦੇਖ ਲਿਆ, ਬਾਕੀ ਸਰਾ ਗੱਲਬਾਤ। ਚੱਲ ਮੈਂ ਵੀ ਗੇੜਾ, ਮੈਂ ਤੇ ਰੀਲ ਬਣਾ, ਵੀਡੀਓ ਬਣਾ ਦਿੰਦਾ। ਗੋਡਾ ਯਾਰ ਦੁਖਦਾ ਡਿੱਗ ਪਿਆ ਸੀਗਾ। ਅਸੀਂ ਨੀ ਕਹਿੰਦੇ ਤੁਸੀਂ ਐ ਜਾ ਕੁਛ ਕਰੋ, ਅਸੀਂ ਤਾਂ ਬਹੁਤ ਪੁੱਠੇ ਪੰਗੇ ਲੈਂਦੇ ਹਾਂਗੇ। ਉਹਦੇ ਹਜੇ ਕਿਹੜਾ ਟਲਦਾ ਉਹਦੇ, ਚਲੋ ਇੰਨਾ ਕੁ ਚੱਲ ਜਾਂਦਾ, ਮਾੜਾ ਮੋਟਾ ਚੱਲ ਜਾਂਦਾ, ਕਦੇ ਕਦੇ ਤਾਂ ਕੱਢਣਾ ਹੁੰਦਾ। ਟਾਇਰ ਕਿੰਨਾ ਠੰਡਾ ਕਰਤਾ ਪਾਣੀ ਚ ਕਰਕੇ, ਟਾਇਰ ਠੰਡਾ ਕੀਤਾ। ਗੂੰਜ ਬਾਹਲੀ ਪਾਉਂਦਾ, ਦੂਰ ਤੱਕ ਸੁਣਦੀ ਹੈ ਨਾ, ਬਾਂਸਰੀ ਗੜਤੀ ਉਹਦੇ ਕਰਕੇ, ਹੁਣ ਵਿੱਚੋਂ ਖਾਲੀ ਆ ਹਨਾ। ਬਾਕੀ ਕਰੋ ਚੈੱਕ, ਬਾਈ ਕਹਿੰਦਾ ਲਿਖਿਆ RX 100 ਹੋਇਆ ਪਰ ਇਹ 135 ਆ, ਹਨਾ ਜੀ, ਮਤਲਬ ਵੀ ਇਹ ਟਾਪੇ ਚੇਂਜ ਕੀਤੇ ਹੋਏ ਆ। ਠੀਕ ਆ ਜੀ, ਮਤਲਬ ਛੋਟਾ ਪੈਕਟ ਬੜਾ ਧਮਾਕਾ, ਉਹੀ ਚੀਜ਼ ਆ, ਪਤਾ ਨਾ ਲੱਗੇ। ਹਾਂ ਵੀ ਗੱਡੀ ਵਾਲਾ ਟੀ ਟੀ ਕਰਕੇ ਲੰਘ ਸਕਦਾ, ਜਾਣ ਨੂੰ ਤਾਂ ਇਹ ਗਾਹਾਂ ਹੋ ਜੂਗਾ, ਜਾਣ ਨੂੰ ਗਾਹਾਂ। ਓਕੇ, ਆਹ ਸੁੱਚਾ ਬਾਈ ਲਾਈਟਾਂ ਦੀਆਂ ਨਾ, ਠੀਕ ਹੈ ਜੀ, ਇੰਡੀਕੇਟਰ ਲਾਤੇ, ਉਹ ਸੋਹਣੇ ਵੀ ਨਹੀਂ ਲਾਦੇ, ਇੰਨੇ ਜੱਚਦੇ ਨਹੀਂ ਉਹ, ਪੀਲੇ ਜੇ ਘੱਟ ਹੀ ਜੱਚਦੇ। ਬਾਕੀ ਜਾਮੇ ਤੇ ਏਦਾਂ ਹੀ ਆਉਂਦਾ ਨਾ, ਪੈਰ ਰੱਖਣ ਵਾਲਾ ਆਉਂਦਾ ਨੀ, ਇਹ ਬਾਅਦ ਲਾਇਆ ਹੋਇਆ। ਠੀਕ ਆ, ਠੀਕ, ਚੈਨ ਟਾਪੇ ਵੀ ਨਹੀਂ ਆਉਂਦੇ ਜਾਮੇ ਦੇ। ਓਕੇ, ਉਹ ਆਪ ਲਾਇਆ ਹੋਇਆ ਬਾਅਦ ਚੋਂ, ਇਹ ਵੀ ਬਲੈਕ ਕਰ ਦਿੰਦਾ ਸੀ ਬਾਈ ਜਾਂ ਰੱਖਿਆ ਜਾਣ ਕੇ, ਵੀ ਮਾੜਾ ਮੋਟਾ ਰੱਖਿਆ ਹੈ ਨਾ। ਠੀਕ ਆ, ਚਲੋ ਫਿਰ ਕਿਹੜਾ ਮਾਰੀਏ ਕਿੱਕ, ਆਏ ਹਾਏ ਆ ਜਦੋਂ ਚਾਬੀ ਲਾਉਂਦੇ ਹਾਂ ਨਾ, ਸਿਰੇ ਹੀ ਕਰਾ ਲਾਈਟਾਂ ਵਾਲਾ, ਕੋਈ ਨਾ ਆਪਾਂ ਵੀ ਲਾਵਾਂਗੇ, ਪਰ ਆਪਾਂ ਕੋਈ ਅਨੋਖਾ ਜਿਹਾ ਕਲਰ ਲਾਵਾਂਗੇ। ਮੈਨੂੰ ਮੈਂ ਕਰਾਂ ਵੀਰੇ, ਮਾੜਾ ਜਿਹਾ ਟਰਾਈ ਕਰਕੇ ਦੇਖਣ ਦੇ। ਹੁਣ ਸਟਾਰਟ ਕੀਤੇ ਦੁਬਾਰੇ ਕਰ ਬਾਈ, ਆਪਾਂ ਕਹਿੰਦੇ ਸੀ ਆਪਣੇ ਨਾਲ ਦੀ ਪਿਕਅਪ ਵਾਲੀ ਆ, ਹਾਂ ਨਹੀਂ ਆਇਆ ਯਾਰ, ਅੱਛਾ ਆਈ ਨਹੀਂ ਆਇਆ ਯਾਰ, ਮਾਰੀ ਮਾਰੀ ਜਾਮੇ ਵਾਲਾ ਤਾਂ ਸਰੀ ਆ ਕੰਮ ਬਾਈ, ਬਾਹਲਾ ਸਿਰਾ ਤਿਆਰ ਕਰਿਆ ਹੋਇਆ ਬਾਈ, ਕਹਿੰਦਾ ਹਜੇ ਤਾਂ ਤੇਲ ਕਢਾਇਆ ਹੋਇਆ, ਆਹ ਬਾਈ ਨੇ ਤਿਆਰ ਕੀਤਾ, ਆਹ ਬਾਈ ਨੇ ਤਿਆਰ ਕੀਤਾ ਬਸ। ਓਕੇ ਰਿਪੋਰਟ ਆ ਬਾਈ, ਤੇ ਬਾਕੀ ਜਿੱਦਾਂ ਹੁਣ ਆਪ ਹੀ ਤਿਆਰ ਹੋ ਰਿਹਾ, ਇਹ ਵੀ ਆਇਆ ਜੀ ਅੱਗ ਕੱਢਾਂਗੇ ਬਸ ਇਹਦੀ, ਠੀਕ ਆ। ਤੇ ਇਸ ਤੋਂ ਬਾਅਦ ਹੁਣ ਆਪਾਂ ਚੱਲੇ ਹਾਂਗੇ ਪਿੰਡ, ਫੋਨ ਚਾਰਜ ਕਰ ਲਏ, ਫੋਨ 2% ਰਹਿ ਗਿਆ ਅਤੇ ਫੋਨ ਦੂਜਾ ਚੱਕ ਲਿਆ ਮੇਰੇ ਨਾਲੇ, ਹੈ ਨਾ। ਅਤੇ ਇੱਕ ਕੰਮ ਹੋਰ, ਮਿਸਤਰੀ ਨੂੰ ਪੁੱਛਿਆ ਸੀਗਾ, ਉਹ ਕਹਿੰਦੇ ਸੀ ਹਨੇਰੇ ਜੇ ਹੋਏ ਆ ਗਏ, ਜੇ ਬਾਈ ਨੇ ਟਾਈਮ ਦੇ ਤਾਂ ਆਪਾਂ ਨੂੰ ਸਲੰਸਰ ਵਾਲੇ ਨੇ, ਫਿਰ ਤਾਂ ਆਪਾਂ ਕੱਲ੍ਹ ਹੀ ਆਵਾਂਗੇ ਹੁਣ, ਕਿਉਂਕਿ ਹੁਣ ਵੀ ਹਨੇਰਾ ਹੋ ਗਿਆ, ਅਗਲੇ ਨੇ ਵੀ ਆ ਕੇ ਪੈਣਾ ਪੁਣਾ ਹੁੰਦਾ ਨਾ, ਕੰਮ ਕਰਦਾ ਬੰਦਾ ਰੈਸਟ ਵੀ ਕਰਨੀ ਹੁੰਦੀ ਆ। ਬਾਕੀ ਚਲੋ ਫਿਰ ਪਿੰਡ ਜਾ ਕੇ ਮਿਲਦੇ, ਅਲੱਗ ਅਲੱਗ ਹੁੰਦੇ ਨੇ। ਲਓ ਵੀ ਮਿੱਤਰੋ, ਲਾਈਟ ਦਾ ਚਾਨਣ ਦੇਖੋ ਤੁਸੀਂ,
लो जी परमिंदर मैनू घरे तार गया सी, गड्डी अपनी आ गई, पहला गई हुई सी हुण गड्डी चलदी क्योंकि नेरा हो गया ना, नेरे च यार मोटरसाइकिल ते सेफ नहीं हैगा बंदा, तां करके हुण मैं घरे आयांगा गड्डी चक के लै चलदे आ, हौली हौली जावांगे हौली हौली आवांगे आराम नाल, नाले लत्त दुखदी आ, मोटरसाइकिल चलाया भी नहीं आंदा, स्कूटरी चलाउणी सिखाई आ, स्कूटरी च लत्त दी लोड़ ही नहीं, उहदे कड़ा थल्ले ब्रेक ने, ते बाकी चलो हुण किहड़ा चलीए गड्डी लै के, फोन भी आपां चक लैणे आ, इह च गड्डी च चार्ज ला लांगे दूजा मेरा पर्सनल आ जिहड़ा आ तां ब्लॉगिंग लई आ, चलो फिर किरा चक लईए फोन। लो जी मित्रो चाचे नूं लिआए आपां नाल, चाचा कराऊ काम, चाचा दस की लवाईए, देखो चार इंडिकेटर चलदा, मगर ले भी चेक कराओ, देखो गलबात है ता मिस्त्री च ऐं थोड़ी यार, मिस्त्री कहंदे आ ना भी टॉर्च चक्की फिरदे मुंडे, कहंदे अज कम करनगे पूरा सैटिंग वैटिंग है ना, ओके रिपोर्ट पूरी भाई खोड़ी कढ़ती इक्के दे चों, ओके चैन रेड करती हूँ गेड़ा गुड़ा देख के देखा दुआ का। लो भी मित्रों लगभग तो सारा कुछ फिट हो ही चुका, सीट भी फिट हो गई, तो भाई हूँ गेड़े तो गेड़ा दे लो गेड़ा नहीं दे गेड़ा हम शीशे कस दिए, शीशे कस के फिर उस दे गेड़ा बस गेड़े तो गेड़ा ठीक है, तो मतलब टाइया टूइया बढ़ने वाली रह गई आज और टापा लग जाने तो पता ही लगना भी इन तार है भी सी कि ठीक है जी वेले टाइम करा ठीक है, पहला इन कराइए हूँ आप मगर ऐड छोटा करा के मगर ला है ना, फिर पेंट करा दिए मूहरों भी, चलो कर देंगे वो भी मगर ऐड सैट अपना कि मगर ऐड ना सौका नहीं बार कर दे ठीक है, थोड़ा जाने की करिए सैट बड़ा कर दिए पिया अपने लवे उ मगर ऐड पर ठीक है अपने लवे मगर ऐड पिया उन्होंने डाई ते मोड़ के है ना समार के तैयार कर देने बोके आ यार कर दी भाई यार है भाई फ्री मेरी गल सुन आ संतरी मैं घर ही लेके जाने काला रंग कर दी जिम्मे मर्जी कर दे माड़ा जा माड़ा जहा मार दे सारे ती मार दे माड़ा जहा सोना जहा लगन लग जू एक गेड़े हम क्योंकि आप हूं ही नहीं पेंट करवा रुक के करावे है ना हाँ वो कर दो क्योंकि हजे आप पहला चला के देखा भी कि कमी है वह पूरी करके फिर ही करवाने का फायदा बाद चो फिर कट बढ़ उ गलबात होर हूँ सारा कुछ आह भी बढ़ देने जे वाधू ने है ना बुरे लगते है ये सारा कुछ करके हैंडल तो चलो आप चेंज कर दूँ पेंट करने की लड़ नहीं कोई लो भी मिस्त्री जी ट्रायल लैके आने हम फिर मिस्त्री दसनगे भी की कमी आ मिस्त्री जी वो झूठ नहीं बोलना ठीक है जेडी कमी है दसनी आ ठीक है फिर पूरी किमें होगी सारी वीडियो दसना आप पूरी करनी पैनी है मिस्त्री कर दू कोई चक्कर नहीं बाकी चलो फिर गेड़ा देखे आई एक कर दिए भाई ने एक नाड़ी कसना पा उदू गेड़े से गेड़ा आ भी ला दो माड़ा बढ़ दो टाई लुक जा आ तारा तो इदी रही होंगे ने ना मित्रो मीटर चेक करो बल पाया थोड़ा जा कल करा जगाड़ आ लाल जी बत्ती भी एक और चेंज कर दंगे नहीं सही होगा मोड़ आवे दूजा दे उची नी की उची करिए देखो जो उची कर दे कि चानन हो जाए उची करियो आखो उची करे तो कितने तक जाती है बाली लाइट है सरा एक बार लाइट जी मैं दिखा दी
ਜਿਹੜਾ ਤੁਸੀਂ ਪਾਉਂਦਾ ਗਾ ਐਂ ਹੈ ਬਈ ਚੀਜ਼ ਇਹੋ ਜਿਹੀ ਤਿਆਰ ਕੀਤੀ ਆ ਅਸੀਂ ਬਾਕੀ ਤੁਸੀਂ ਮੂਹਰੋਂ ਲੁੱਕ ਦਿਖਾ ਦਿੰਦਾ ਤੁਹਾਨੂੰ ਦੇਖੋ ਚੈੱਕ ਕਰੋ ਤੇ ਮਾੜੀ ਮਿਸਤਰੀ ਹੈਡਲਾਈਟ ਬੰਦ ਕਰੀ ਆਪਾਂ ਹਨਾ ਹਾਂ ਇਕੱਲੀ ਪਾਰਕਿੰਗ ਲਾਇਓ ਚੱਕੋ ਹੁਣ ਇਕੱਲੀ ਪਾਰਕਿੰਗ ਆ ਇੰਡੀਕੇਟਰ ਬੰਦ ਕਰਿਓ ਇਕੱਲੀ ਪਾਰਕਿੰਗ ਲਾਇਓ ਆਹ ਚੱਕੋ ਆਹ ਚੱਲ ਪਈ ਆਪਣੀ ਪਾਰਕਿੰਗ ਆਹ ਦੂਜਾ ਵੀ ਲਾਇਓ ਹਜੇ ਗਾਰਡ ਕਰਨਾ ਆਪਣਾ ਹਾਂ ਇੱਦਾਂ ਦੇਖੋ ਥੋੜ੍ਹੀ ਬ੍ਰਾਈਟਨੈਸ ਲੋਅ ਕਰਕੇ ਦਿਖਾਉਣਾ ਸੁੱਚ ਲਾ ਦੀ ਆਹ ਵੀ ਚਾਰੇ ਵਾਲੀ ਚੱਕੋ ਚਾਰਾਂ ਵਾਲੀ ਸੁੱਚ ਲਾ ਤੀ ਮਗਰੋਂ ਵੀ ਦਿਖਾ ਦਈਏ ਹੈ ਨਾ ਮਗਰੋਂ ਆਹ ਲੋਕਾਂ ਮਾੜੇ ਆ ਮਿਸਤਰੀ ਬ੍ਰੇਕ ਦੱਬ ਕੇ ਦੇਖਿਓ ਬ੍ਰੇਕ ਦੱਬ ਕੇ ਦੇਖਿਓ ਤੁਸੀਂ ਇਹ ਕੀ ਕਰਦੀ ਹੈ ਦੇਖਿਓ ਨਹੀਂ ਜੀ ਉਹ ਥੋੜ੍ਹਾ ਜਿਹਾ ਉਹ ਆ ਹਾਂ ਇੰਡੀਕੇਟਰਾਂ 'ਤੇ ਮੈਨੂੰ ਲੱਗਦਾ ਚੱਲਦਾ ਨਹੀਂ ਬ੍ਰੇਕ ਵਾਲਾ ਹਾਂ ਇੰਡੀਕੇਟਰਾਂ 'ਤੇ ਬ੍ਰੇਕ ਵਾਲਾ ਨਹੀਂ ਚੱਲ ਜਦੋਂ ਆਹ ਬੰਦ ਕਰ ਦਿੰਦੇ ਹਾਂ ਫਿਰ ਇੱਕ ਸਾਈਡ ਵਾਲਾ ਉਹ ਦੇਖੋ ਇੱਦਾਂ ਗਾ ਘੈਂਟ ਆ ਪੂਰੀ ਰਾਤ ਨੂੰ ਤਾਂ ਬਾਹਲੀ ਘੈਂਟ ਲੱਗਦੀ ਆ ਜੀ ਚਲੋ ਮਿੱਤਰੋ ਚੱਲੀਏ ਉਰੇ ਤਾਂ ਹਨੇਰੇ ਹੀ ਬਹੁਤ ਕੁਛ ਪਤਾ ਹੀ ਨਹੀਂ ਲੱਗਦਾ ਕੋਈ ਚਾਕੀ ਨਾ ਲੈ ਜਾਵੇ ਦੇਖੋ ਮਿੱਤਰੋ ਤੁਸੀਂ ਉਹ ਦੇਖੋ ਕਿੱਥੇ ਤੱਕ ਪੈਂਦਾ ਫਲੈਟ ਦਾ ਜਾਣਾ ਬੱਲੇ ਕਿਆ ਬਾਤਾਂ ਨੇ ਦੇਖੋ ਉਹ ਦੇਖੋ ਕਿੱਧਰ ਤੱਕ ਪੈਂਦਾ ਉਹ ਗਾਹਾਂ ਇੱਧਰ ਦੁਬਾਰੇ ਦੁਬਾਰੇ ਗੱਲ ਨਹੀਂ ਬਣੀ ਲਓ ਮਿੱਤਰ ਗੇੜੇ ਗੁੜੇ ਦੇ ਆਏ ਸਿਰ ਆ ਚੀਜ਼ ਬਾਕੀ ਮੈਂ ਬੈਠੇ ਬੈਠੇ ਨੇ ਸਲਾਂਸਰ 'ਤੇ ਪੇਂਟ ਮਾਰਤਾ ਉਹ ਵੀ ਗਰਮ ਹੋ ਗਿਆ ਹੁਣ ਭੱਠੀ ਪੇਂਟ ਹੋ ਜੂ ਨਾ ਮਿੱਤਰੀ ਪੱਕਾ ਪੇਂਟ ਹੋ ਜੂ ਨਾ ਹਾਂ ਮਚਾ ਮਚਾ ਕੇ ਕਰਨ 'ਚ ਮਤਲਬ ਗਰਮ ਕਰਕੇ ਬਾਕੀ ਚਲੋ ਮਿਸਤਰੀ ਲਵੇ ਹੁਣ ਕੱਲ੍ਹ ਨੂੰ ਹੀ ਚੱਕਦੇ ਹਾਂ ਮੋਟਰਸਾਈਕਲ ਥੋੜ੍ਹਾ ਜਿਹਾ ਕੰਮ ਰਹਿੰਦਾ ਮਾੜਾ ਮੋਟਾ ਹੈ ਨਾ ਉਹ ਫਿਰ ਆਪਾਂ ਕੱਲ੍ਹ ਨੂੰ ਕੰਪਲੀਟ ਕਰਾ ਲਾਂਗੇ ਓਕੇ ਆ ਕਿਵੇਂ ਆ ਮੋਟਰਸਾਈਕਲ ਤੈਂ ਤਾਂ ਕਿਹੜਾ ਦੇ ਕੇ ਦੇਖਿਆ ਨੀ ਕੱਲ ਨੂੰ ਦੇ ਕੇ ਦੇਖੀ ਆ ਹੁਣ ਹੈ ਨੀ ਨਾ ਕਿਹੜੇ ਦਿਨ ਹੈ ਨੀ ਸੈੱਟ ਆ ਨਾ ਹੁਣ ਤਾਂ ਹਾਂ ਪੀਤੀ ਨੀ ਹੈਗੀ ਅਜੇ ਸੈੱਟ ਆਗਾ ਅੱਜ ਹੁਣ ਮੰਨ ਗਿਆ ਹੁਣ ਕਹਿੰਦੇ ਸੈੱਟ ਤੇਰਾ ਨੀ ਪਤਾ ਲੱਗਦਾ ਬਦਲ ਜਾਂਦਾ ਤੂੰ ਬੰਦੇ ਮੈਨੂੰ ਚਲੋ ਮਿੱਤਰੋ ਚੱਲੀਏ ਕਿਹੜਾ ਲਓ ਮਿੱਤਰੋ ਹੁਣ ਚੱਲੇ ਆਪਾਂ ਘਰੇ ਬਾਕੀ ਅੱਜ ਦਾ ਵਲੋਗ ਕਰਦੇ ਹਾਂ ਇੱਥੇ ਐਂਡ ਮੇਰਾ ਤੁਹਾਨੂੰ ਵਲੋਗ ਪਸੰਦ ਆਏਗਾ ਅੱਜ ਦਾ ਵਲੋਗ ਥੋੜ੍ਹਾ ਛੋਟਾ ਸੀਗਾ ਕਿਉਂਕਿ ਲੱਤ ਦੁਖਦੀ ਸੀਗੀ ਯਾਰ ਨਾ ਟਰੈਕਟਰ ਦਾ ਕੰਮ ਹੋ ਪਾਇਆ ਨਾ ਮੋਟਰਸਾਈਕਲ ਦਾ ਜੀ ਨਹੀਂ ਕਰਦਾ ਸੀਗਾ ਬਾਹਰ ਨਿਕਲ ਤੋਂ ਘਰੋਂ ਹੈ ਨਾ ਅਤੇ ਜਿੰਨਾ ਕੁ ਬਣਾਇਆ ਬਹੁਤ ਔਖਾ ਬਣਾਇਆ ਲੱਤ ਬਹੁਤ ਜ਼ਿਆਦਾ ਦਰਦ ਕਰਦੀ ਆ ਬੰਨੀ ਹੋਈ ਆ ਪੱਟੀ ਲਾਈ ਹੋਈ ਆ ਚਾਹੇ ਤੁਹਾਨੂੰ ਘਰੇ ਜਾ ਕੇ ਹੈ ਨਾ ਮੈਂ ਦਿਖਾ ਦੂੰਗਾ ਪੱਟੀ ਸਾਰੀ ਹੈ ਨਾ ਅਤੇ ਬਾਕੀ ਚਲੋ ਹੁਣ ਚੱਲਦੇ ਹਾਂ ਘਰੇ ਅਤੇ ਅੱਜ ਦਾ ਵਲੋਗ ਆ ਪੂਰੀ ਖਤਮ ਕਰਦੇ ਹਾਂ ਆਪਾਂ ਮੇਰਾ ਤੁਹਾਨੂੰ ਵਲੋਗ ਪਸੰਦ ਆਇਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਦੱਸਿਓ ਵੀ ਮੋਟਰਸਾਈਕਲ 'ਚ ਕਿਹੜੀ ਕਮੀ ਆ ਹੈ ਨਾ ਕਮੀ ਦੱਸੋਗੇ ਫੇਰ ਹੀ ਤਾਂ ਪੂਰੀ ਹੋਊਗੀ ਠੀਕ ਆ ਦੱਸਿਓ ਕਮੈਂਟ ਕਰਕੇ ਵੀ ਕਿਹੜੀ ਕਮੀ ਆ ਆਪਾਂ ਪੂਰੀ ਜ਼ਰੂਰ ਕਰਾਂਗੇ ਠੀਕ ਆ ਅਤੇ ਬਾਕੀ ਕਮੈਂਟਾਂ ਦੀ ਰਿਪਲਾਈ ਲਗਭਗ ਮੈਂ ਕਰ ਹੀ ਦਿੰਦਾ ਹੁੰਦਾ ਗਾ ਅਤੇ ਜਿਹੜੇ ਭਰਾ ਵਧੀਆ ਕਮੈਂਟ ਕਰਨਗੇ ਆਪਾਂ ਅਗਲੀ ਜਾਂ ਅਗਲੀ ਤੋਂ ਉਸ ਤੋਂ ਅਗਲੀ ਵੀਡੀਓ ਠੀਕ ਆ ਉਹਦੇ ਵਿੱਚ ਆਪਾਂ ਉਹ ਕਮੈਂਟ ਰੀਡ ਕਰਕੇ ਦੱਸਾਂਗੇ ਵੀ ਆਹ ਬਾਈ ਦਾ ਕਮੈਂਟ ਬਹੁਤ ਵਧੀਆ ਸੀ ਮੈਨੂੰ ਬਹੁਤ ਵਧੀਆ ਲੱਗਿਆ ਅਤੇ ਵਧੀਆ ਵਧੀਆ ਕਮੈਂਟ ਕਰਿਓ ਠੀਕ ਆ ਫਿਰ ਦੇਖਦੇ ਹਾਂ ਕਿਹੜੇ ਬਾਈ ਨੇ ਜ਼ਿਆਦਾ ਜਿਹੜਾ ਜ਼ਿਆਦਾ ਵਧੀਆ ਕਮੈਂਟ ਹੋਇਆ ਉਹ ਮੈਂ ਰੀਡ ਕਰੂੰਗਾ ਓਕੇ ਅਤੇ ਬਾਕੀ ਪੱਗ ਨੂੰ ਇਗਨੋਰ ਕਰਿਓ ਪੱਗ 'ਤੇ ਛਿੱਟੇ ਜਿਹੇ ਪੈ ਗਏ ਹੈ ਨਾ ਹਾਂ ਪੱਗ ਦੇ ਹਾਂ ਪੱਗ 'ਤੇ ਛਿੱਟੇ ਜਿਹੇ ਪੈ ਗਏ ਉਹ ਗਾਰਾ ਲੱਗ ਗਿਆ ਉਹਦਾ ਯਾਰ ਮੋਟਰਸਾਈਕਲ ਤੋਂ ਅਤੇ ਠੀਕ ਆ ਅਤੇ ਇੰਨਾ ਤਾਂ ਚਲੋ ਚੱਲ ਜਾਂਦਾ ਕੋਈ ਨਾ ਧਵਾ ਲਾਂਗੇ ਇਹਨੂੰ ਹੈ ਨਾ ਥੋੜ੍ਹੀ ਪਏ ਨੇ ਚਲੋ ਫਿਰ ਕਰਦੇ ਹਾਂ ਅੱਜ ਦਾ ਵਲੌਗ ਰੀਐਂਡ ਓਕੇ ਜੀ ਬਾਏ ਬਾਏ ਟਾਟਾ ਗੱਡੀ ਡਰਾਈਵ ਕਰ ਰਹੇ ਹਾਂ ਫਿਰ ਮਿਲਦੇ ਹਾਂ।